ਜਗਦੀਪ ਸਿੰਘ ਇਸ ਵੇਲੇ ਮੇਰੇ ਨਾਲ ਜੀ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕੀਤਾ ਫਰੋਮ ਲੈਂਡਮਾਰਕ ਇਮੀਗ੍ਰੇਸ਼ਨ। ਹੈਲੋ ਜਗਦੀਪ, ਕੀ ਹਾਲ ਨੇ? ਵਧੀਆ ਮੈਮ, ਤੁਸੀਂ? ਸੋ ਵੀਜ਼ਾ ਆ ਗਿਆ ਫਾਈਨਲੀ? ਹਾਂਜੀ ਮੈਮ। ਆਟਵਾ, ਹਾਂ, ਕਿੱਥੇ ਚੱਲ ਰਹੇ ਹੋ? ਕੈਨੇਡਾ ਕਿਹੜੀ ਜਗ੍ਹਾ? ਵਿੰਡਸਰ। ਵਿੰਡਸਰ ਦੇ ਵਿੱਚ? ਆ ਲਓ ਜੀ ਤੁਹਾਡਾ ਪਾਸਪੋਰਟ, ਦੇਖ ਲਿਆ ਹੈਗਾ ਵੀਜ਼ਾ? ਥੈਂਕ ਯੂ। ਸੋ ਅਪਲਾਈ ਕਦੋਂ ਕੀਤਾ ਸੀਗਾ? ਮੈਮ 2-3 ਮਹੀਨੇ ਹੋ ਗਏ। ਲੈਂਡਮਾਰਕ ਦੇ ਕਿੱਦਾਂ ਅਪਲਾਈ ਕਰਨ ਦਾ ਸੋਚਿਆ? ਮੈਮ ਮੇਰੀ ਸਿਸਟਰ ਨੇ ਵੀ ਉੱਥੇ ਕਰਵਾਇਆ ਸੀਗਾ, ਦੈਟਸ ਵਾਈ ਰੀਸੈਂਟਲੀ ਉਹ ਵੀ ਜਨਵਰੀ ਗਏ। ਓਕੇ, ਉਹ ਵੀ ਸੇਮ ਕਾਲਜ ਦੇ ਵਿੱਚ ਹੀ ਨੇ? ਨਹੀਂ ਮੈਮ, ਉਹਨਾਂ ਦਾ ਕਾਲਜ ਹੋਰ ਹੈ। ਓਕੇ, ਅਲੱਗ ਜਗ੍ਹਾ ਜਾਂ ਸੇਮ ਪਲੇਸ? ਅਲੱਗ ਜਗ੍ਹਾ। ਅਲੱਗ ਜਗ੍ਹਾ ਤੇ ਨੇ। ਓਕੇ, ਤੇ ਹੁਣ ਪਿੱਛੇ ਪਿੱਛੇ ਤੁਸੀਂ ਵੀ ਹਾਂ ਕੈਨੇਡਾ ਪਹੁੰਚ ਜਾਣਾ। ਚਲੋ ਗ੍ਰੇਟ ਜੀ, ਬਹੁਤ ਬਹੁਤ ਮੁਬਾਰਕਾਂ। ਅੱਛਾ, ਆਪਣੇ ਸਕੋਰ ਦੱਸ ਦਿਓ, ਬੀਟੈਕ ਦੇ ਵਿੱਚ ਕਿੰਨੇ ਪਰਸੈਂਟੇਜ ਸੀਗੇ ਐਂਡ ਹਾਊ ਅਬਾਊਟ ਯੂਅਰ ਆਈਐਲਟੀਐਸ ਸਕੋਰ? ਆਈਲੈਟਸ ਕੋ ਸੀਗੇ ਓਵਰਆਲ 6 ਬੈਂਡ, ਅਤੇ ਬੀਟੈਕ ਤੋਂ ਮੇਰੇ ਸੀਗੇ ਅਰਾਊਂਡ 58%, 60%, 58-60%, 60% ਓਕੇ, ਯਾਨੀ ਕਿ 60% ਬੀਟੈਕ ਦੇ ਵਿੱਚ, ਤਾਂ ਵੀ ਅਪਲਾਈ ਕੀਤਾ ਅਤੇ ਵੀਜ਼ਾ ਵੀ ਆ ਗਿਆ, ਹੈ ਨਾ? ਫਸਟ ਅਟੈਂਪ ਹੀ ਹੈ, ਪਹਿਲੀ ਵਾਰੀ ਅਪਲਾਈ ਕੀਤਾ? ਫਸਟ ਅਟੈਂਪ, ਅਤੇ ਵੀਜ਼ਾ ਵੀ ਆ ਗਿਆ, ਹੈ? ਹਾਂਜੀ। ਚਲੋ ਗ੍ਰੇਟ ਜੀ, ਬਹੁਤ ਬਹੁਤ ਮੁਬਾਰਕਾਂ ਐਂਡ ਗੁੱਡ ਲੱਕ ਫੋਰ ਯੂਅਰ ਫਿਊਚਰ।